ਰਿਆਸਤੀ ਸ਼ਹਿਰ ਨਾਭਾ ਦੇ ਬੌੜਾਂ ਗੇਟ ਤੋਂ ਦੌਲਤੀ ਗੇਟ ਤੱਕ ਸੀਵਰੇਜ ਵਿਭਾਗ ਦੇ ਵੱਲੋਂ ਵੱਡਾ ਪ੍ਰੋਜੈਕਟ ਲਾ ਕੇ ਸੀਵਰੇਜ ਪਾਇਆ ਜਾ ਰਿਹਾ ਹੈ, ਜਿਸ ਦਾ ਮੰਤਰੀ ਵੱਲੋਂ ਦੌਰਾ ਕੀਤਾ ਗਿਆ ਅਤੇ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੀ ਵੀ ਮੰਤਰੀ ਨੇ ਗੱਲ ਆਖੀ। ਸ਼ਹਿਰ ਦੇ ਨਿਕਾਸੀ ਨਾਲੇ ਤੇ ਚੱਲ ਰਹੇ ਧਰਮ ਕੰਡੇ ਨੂੰ ਵੀ ਨਗਰ ਕੌਂਸਲ ਦੀ ਹਦੂਦ ਵਿੱਚ ਦੱਸਿਆ ਗਿਆ, ਜਿਸ ਦਾ ਨਜਾਇਜ਼ ਕਬਜ਼ਾ ਜਲਦੀ ਹਟਾਇਆ ਜਾਵੇਗਾ। ਇਸ ਮੌਕੇ 'ਤੇ ਉਹਨਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ ਰਜਨੀਸ਼ ਕੁਮਾਰ ਸੈਂਟੀ ਅਤੇ ਕਈ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸਾਊਥ ਸਿੰਘ ਧਰਮਸੋਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਅੱਜ ਜਾਇਜ਼ਾ ਲੈ ਕੇ ਜਿੱਥੇ ਜਿੱਥੇ ਕੁਝ ਸੀਵਰੇਜ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਜਿਹੜੀਆਂ ਨਗਰ ਕੌਂਸਲ ਹਦੂਦ ਵਿੱਚ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਜਲਦੀ ਹਟਾਇਆ ਜਾਵੇਗਾ। ਮੰਤਰੀ ਨੇ ਕਿਹਾ ਕਿ ਡਰੇਨ ਵਿਭਾਗ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਡਰੇਨ ਦੀ ਸਫਾਈ ਕੀਤੀ ਜਾਵੇ। ਉਹ ਬਾਰਿਸ਼ ਦੇ ਨਾਲ ਜੋ ਪਾਣੀ ਆਉਂਦਾ ਉਹਨੂੰ ਸਹੀ ਤਰੀਕੇ ਦੇ ਨਾਲ ਪ੍ਰਧਾਨ ਜੀ ਨਿਬੇੜਾ ਕਰ ਰਹੇ ਨੇ। ਔਰ ਜਿੱਥੇ ਤੱਕ ਨਾਲਿਆਂ ਦੀ ਸਫਾਈ ਦੀ ਗੱਲ ਹੈ, ਈਓ ਅਤੇ ਹੋਰ ਅਫੀਸਰ ਸਾਹਿਬਾਨ ਉਹਨੂੰ ਲੱਗ ਗਏ ਨੇ। ਮੈਂ ਮੌਕਾ ਦੇਖਿਆ, ਵੱਡਾ ਨਾਲਾ ਸਾਫ਼ ਹੋਣ ਵਾਲਾ ਔਰ 2-4 ਦਿਨ 'ਚ ਅਸੀਂ ਉਹਨੂੰ ਸਫਾਈ 'ਤੇ ਲਾ ਦੇਣਾ। ਬਹੁਤ ਵੱਡਾ ਨਾਲਾ ਉਹ ਪੁਰਾਣਾ। ਇੱਕ ਸਾਡੀ ਡਰੇਨ ਹੈ, ਹੁਣ ਇਹ ਨਹਿਰੀ ਵਿਭਾਗ ਨਾਲ ਮੈਂ ਗੱਲ ਕੀਤੀ ਹੈ, ਡਰੇਨ ਹੈ ਜਿਹੜੀ ਸਾਫ਼ ਹੋਣ ਵਾਲੀ ਹੈ, ਉੱਥੇ ਜਿੱਥੇ ਜਾ ਕੇ ਸਾਰਾ ਪਾਣੀ ਸਾਡੇ ਸ਼ਹਿਰ ਦਾ ਡਿੱਗਣਾ ਉਹਦੀ ਸਫਾਈ ਹੋਣ ਵਾਲੀ ਹੈ। ਔਰ ਜਿਵੇਂ ਲੌਰਾਂ ਗੇਟ ਆ, ਇਹ ਅਸੀਂ ਨਵੀਂ ਸੜਕ ਬਣਾਉਣੀ ਹੈ, ਅੱਧੇ ਸ਼ਹਿਰ ਦਾ ਪਾਣੀ ਇੱਥੋਂ ਆ ਕੇ ਅਸੀਂ ਇੱਧਰਲੀ ਗ੍ਰਿੱਡ ਚੌਂਕ ਨੂੰ ਵੱਡੀ ਪਾਈਪ ਪਾਣੀ ਉਹਦੇ 'ਚ ਜਾ ਕੇ ਜੁੜੇ, ਪਾਈਪ ਵੱਡੀ ਪਾ ਕੇ ਉਹਦੇ ਨਾਲ ਜੋੜ ਕੇ ਫਿਰ ਇਹ ਦੁਬਾਰਾ ਵੱਡੀ ਸੜਕ ਬਣਾ ਕੇ ਲੋਕਾਂ ਨੂੰ ਦੇਵਾਂਗਾ। ਜਿਹੜਾ ਨਾਲੀਆਂ ਨੇ ਜਗ੍ਹਾ ਜਗ੍ਹਾ ਇਹ ਨਹੀਂ ਦਿਸਣ ਦਿਆਂਗੇ। ਨਹੀਂ, ਪੌੜਾਂ ਗੇਟ ਦਾ ਪ੍ਰੋਜੈਕਟ ਤਾਂ ਚੱਲ ਗਿਆ, ਜੋੜਤਾ, ਬਾਕੀ ਅੱਗੇ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਉਹ ਕੰਮ ਚੱਲ ਰਿਹਾ ਉਹਦਾ। ਮਾਨਯੋਗ ਕੈਬਨਿਟ ਦੇ ਵਜ਼ੀਰ ਸਰਦਾਰ ਸਾਊਥ ਸਿੰਘ ਧਰਮਸੋਤ ਜੀ ਆਪ ਖੁਦ ਮੌਕਾ ਦੇਖ ਕੇ ਆਏ ਨੇ ਸਾਰੇ ਨਾਲਿਆਂ ਦਾ, ਅਤੇ ਨਾਲ ਹੀ ਦੇਖਿਆ ਕਿ ਕੁਛ ਸਟਾਫ ਦੀ ਕਮੀ ਕਾਰਨ ਕੁਛ ਨਾਲੇ ਰਹਿੰਦੇ ਸੀਗੇ, ਉਹ ਜਲਦੀ 1-2 ਦਿਨ 'ਚ ਇਹਨੇ ਸਾਰਿਆਂ ਨੂੰ ਨਿਰਦੇਸ਼ ਦਿੱਤੇ ਨੇ। ਨਾਲ ਹੀ ਐਕਸੀਅਨ ਆਪਣਾ ਜੋ ਹੈਗਾ ਨਹਿਰੀ ਵਿਭਾਗ ਪਲੱਸ ਸਾਡੇ ਈਓ ਨੂੰ, ਅਤੇ ਇਹ ਬਹੁਤ ਜਲਦੀ ਜਿੰਨੇ ਵੀ ਨਾਲੇ ਰਹਿੰਦੇ ਨੇ ਉਹ ਨਾਲਿਆਂ ਦੀ ਸਫਾਈ ਸ਼ੁਰੂ ਕਰਾ ਦਿੱਤੀ ਜਾਵੇਗੀ। ਧਰਮਸੋਤ ਕੈਬਨਿਟ ਮੰਤਰੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਨੇ ਜਿੱਥੇ ਪਾਣੀ ਦੀ ਵੱਡੀਆਂ ਸਮੱਸਿਆ ਰਹਿੰਦੀਆਂ ਨੇ, ਮੰਤਰੀ ਸਾਹਿਬ ਦਾ ਇਸ ਕਰਕੇ ਧੰਨਵਾਦ ਕਰਦੇ ਹਾਂ ਕਿਉਂਕਿ ਕੋਈ ਵੀ ਸਰਕਾਰਾਂ ਇਸ ਤਰੀਕੇ ਨਾਲ ਕੋਈ ਵੀ ਹਲਕੇ ਦਾ MLA ਨਹੀਂ ਦੌਰਾ ਕੀਤਾ, ਜਿਸ ਤਰੀਕੇ ਨਾਲ ਕੈਬਨਿਟ ਮੰਤਰੀ ਧਰਮਸੋਤ ਨੇ ਰਜਨੀਸ਼ ਕੁਮਾਰ ਸੈਂਟੀ ਜੀ ਨੇ ਸ਼ਹਿਰ ਦੇ ਵਿਕਾਸ ਨੂੰ ਡਿਵੈਲਪਮੈਂਟ ਦੇਖ ਕੇ ਬੜਾ ਵਧੀਆ ਮੌਕਾ ਦੇਖਿਆ, ਉਹ ਸਾਨੂੰ ਭਰੋਸਾ ਦਿੱਤਾ ਸੀ ਵਾਸਤੇ। ਆਵਾਜ਼ੀ ਕੰਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।